ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਦੱਸ ਕੀ ਤੇਰੀ ਪੈਗੀ, ਹਰੇ ਉਮਰ ਨਿਆਣੀ ਸੀ ਚੰਦਰੀ ਮੌਤ, ਉਮਰ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ, ਹਰੇ ਉਮਰ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ, ਹਰੇ ਉਮਰ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ, ਲੋੜ ਵਾਹਿਗੁਰੂ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਲੋੜ ਵਾਹਿਗੁਰੂ ਨੂੰ ਬਚੀਏ ਦੱਸ ਕੀ ਤੇਰੀ ਪੈਗੀ, ਕੀ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ, ਹਜੇ ਉਮਰ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ, ਹਜੇ ਉਮਰ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ, ਹਜੇ ਉਮਰ ਨਿਆਣੀ ਸੀ ਚੰਦਰੀ ਮੌਤ ਵਿਆਹ ਕੇ ਲੈ ਗਈ। ਗੁਰੂ ਪਿਆਰੇ ਸਾਧ ਸੰਗਤ ਜੀਓ, ਇੱਕੋ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ, ਕਿਉਂਕਿ ਬੁਲਾਰਿਆਂ ਨੇ ਹਾਜ਼ਰੀ ਭਰਨੀ ਆ, 15-20 ਮਿੰਟ ਦਾ ਸਮਾਂ ਅਸੀਂ ਆਪਦਾ ਛੱਡ ਦਿੰਦੇ ਹਾਂ, ਪਹਿਲਾਂ ਵੱਟ ਜਾਂਦੇ ਹਾਂ ਅਤੇ ਸੰਗੀਤ ਵਧੀਆ ਸਮਾਂ ਲਾ ਕੇ ਤਾਂ ਕਿ ਸਮੇਂ ਸਿਰ ਅਰਦਾਸ ਬੇਨਤੀ ਤੋਂ ਮਗਰੋਂ ਜਿਹੜੇ ਬੁਲਾਰੇ ਹੋਣਗੇ ਫਿਰ ਦੇਖ ਵਰਤੇਗੀ। ਇੱਕੋ ਬੇਨਤੀ ਆ ਸੰਗਤਾਂ ਨੂੰ, ਭਾਈ ਜਗਵੀਰ ਸਿੰਘ ਜੀ ਬੜੇ ਧਰਮ ਦੀ ਕਿਰਤ ਕਰਨ ਵਾਲੇ, ਆਂਢ ਗੁਆਂਢ ਨਗਰ ਦੇ ਵਿੱਚ ਬੜਾ ਮੇਲ ਮਿਲਾਪ, ਪਰ ਹੁਣ ਜਿਹੜਾ ਇਹ ਦੁੱਖਾਂ ਦਾ ਪਹਾੜ ਇਹਨਾਂ ਤੇ ਟੁੱਟਿਆ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਜਿਹੜੀ ਕੋਲੇ ਪੂੰਜੀ ਸੀ ਇਹਨਾਂ ਦੇ ਉਹ ਵੀ ਖਰਚ ਹੋ ਗਈ, ਵਿਆਹ ਤੇ ਜਾਂ ਹੋਰ ਪੈਸੇ ਲੱਗੋ ਲੱਗ ਗਏ, ਤੇ ਜਿਹੜੀ ਜ਼ਮੀਨ ਸੀ ਉਹ ਵੀ ਉਹ ਬੜੀ ਚਲਾਕੀ ਦੇ ਨਾਲ ਆਪਦੇ ਨਾਂ ਕਰਵਾ ਕੇ, ਅੱਜ ਮੈਂ ਕਹਾਂ ਵੀ ਮੈਂ ਮਦਦ ਕਰ ਦੂੰ, ਮੈਨੂੰ ਨਹੀਂ ਮਦਦ ਹੋਣੀ, ਕਿਉਂਕਿ ਮੈਂ ਤਾਂ ਇੱਕ ਆਮ ਨੋਰਮਲ ਗਰੀਬ ਕਹਿ ਲਓ, ਜਿਹਨਾਂ ਨੂੰ ਸਤਿਗੁਰਾਂ ਨੇ ਵਡਿਆਈ ਬਖਸ਼ੀ ਆ ਮਦਦ ਕਰ ਸਕਦੇ ਨੇ, ਉਹ ਭਾਈ ਇਸ ਪਰਿਵਾਰ ਦੀ ਭਾਈ ਜਗਵੀਰ ਸਿੰਘ ਜੀ ਹਰ ਤਰ੍ਹਾਂ ਦੇ ਨਾਲ
ਸਹਾਇਤਾ ਕਰੋ, ਕਿਉਂਕਿ ਇੱਕ ਤਾਂ ਹੁੰਦਾ ਵੀ ਜਿੱਥੇ ਆਪਾਂ ਬੰਦਿਆਂ ਦੇ ਨਾਲ ਬੰਦੇ ਚਲੇ ਗਏ, ਪਰ ਜਿੱਥੇ ਪੈਸੇ ਨੇ ਕੰਮ ਆਉਣਾ ਉੱਥੇ ਪੈਸਾ ਵੀ ਜ਼ਰੂਰੀ ਆ। ਆਰਥਿਕ ਪੱਖ ਤੋਂ ਇਹ ਬੇਨਤੀ ਆ, ਆਪ ਜੀ ਨੇ ਇਹ ਬੇਨਤੀ ਪ੍ਰਵਾਨ ਕਰਨੀ। ਆਨੰਦ ਸਾਹਿਬ ਦਾ ਪਾਠ ਹੋਵੇਗਾ, ਸਾਰੀਆਂ ਸੰਗਤਾਂ ਨੇ ਰਸਨਾ ਪਵਿੱਤਰ ਕਰਨੀ। ਰਾਮ ਕਲੀ ਮਹਲਾ ਤੀਜਾ, ਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਪੂਰੇ ਗੁਰ ਤੇ ਜਾਣੀ, ਪਵਿੱਤ ਸੰਤ